ਤਾ ਇਧਰੋਂ ਮਿੰਟੂ ਜੀ ਕਹਿੰਦੇ ਕਿ ਜਿਹੜੇ ਦਾਗੇ ਲੀਡਰ ਨੇਗੇ ਉਹਨਾਂ ਦੀ ਹੁਣ ਸਿਆਸੀ ਪਾਰੀ ਨੂੰ ਵੀ ਬ੍ਰੇਕਾ ਲੱਗਣ ਜਾ ਰਹੀ ਹੈ ਨੇ ਪੱਕੇ ਕਹਿੰਦੇ ਕਿ ਬਾਈ ਠੱਲ ਪਾ ਦੇ ਉਹਨਾਂ ਨੂੰ ਹੋ ਸਕਦਾ ਐਦਾਂ ਪੋਸੀਬਲ ਨਹੀਂ ਤੇਖੋ ਜਿਹੜੇ ਹੁੰਦੇ ਆ ਨਾ ਐਮ ਐਕਸ ਕਿਊਰੀ ਕਹਿੰਦੇ ਆ ਉਹਨਾਂ ਨੂੰ ਅਦਾਲਤੀ ਮਿੱਤਰ ਆ ਜੀ ਜੀ ਉਹ ਹੁੰਦੇ ਆ ਤਾਂ ਅਦਾਲਤ ਉਹਨਾਂ ਨੂੰ ਤੈਅ ਕਰਦੀ ਆ ਉਹਨਾਂ ਨੇ ਕਿਉਂਕਿ ਇਹ ਮਾਮਲਾ ਸੁਪਰੀਮ ਕੋਰਟ ਚ ਲੰਬੇ ਸਮੇਂ ਤੋਂ ਜਿਹੜਾ ਹੈ ਉਹ ਜ਼ੇਰੇ ਸੁਣਵਾਈ ਆ ਜੀ ਉਹਦੇ ਤੇ ਕਾਫੀ ਕੁਝ ਅਗੇ ਸੁਪਰੀਮ ਕੋਰਟ ਨੇ ਕੀ ਹਦਾਇਤਾਂ ਕੀਤੀਆਂ ਵਗੈਰਾ ਵਗੈਰਾ ਸਾਰਾ ਕੁਝ ਹੋਇਆ ਹੁਣ ਐਮਐਕਸ ਸਿਕਿਉਰੀ ਨੇ ਇਹ ਗੱਲ ਆਖੀ ਆ ਕਿ ਸਜ਼ਾ ਖਤਮ ਹੋਣ ਤੋਂ ਬਾਅਦ ਜਿਹੜਾ ਵਕਫਾ ਤੈਅ ਕੀਤਾ ਜਾਂਦਾ ਹੈ ਕਿ 6 ਸਾਲਾਂ ਵਾਸਤੇ ਇਹ ਦਾਗੀ ਬੰਦਾ ਜਿਹੜਾ ਹੈ ਉਹ ਇਲੈਕਸ਼ਨ ਨਹੀਂ ਲੜ ਸਕੇਗਾ ਉਹਨੂੰ ਵਧਾ ਕੇ ਉਮਰ ਤੱਕ ਕੀ ਕਰ ਦੇਣਾ ਚਾਹੀਦਾ ਮਤਲਬ ਕਿ ਤਾਂ ਉਮਰ ਉਹ ਦੁਬਾਰਾ ਇਲੈਕਸ਼ਨ ਲੜ ਹੀ ਨਾ ਸਕੇ ਅੱਛਾ ਜੀ ਜੀ ਏ ਸੁਪਰੀਮ ਕੋਰਟ ਨੂੰ ਕਿਹਾ ਹੁਣ ਸੁਪਰੀਮ ਕੋਰਟ ਇਹਦੇ ਤੇ ਕੋਈ ਫੈਸਲਾ ਲੈਂਦੀ ਆ ਕਿ ਨਹੀਂ ਉਹ ਬਾਅਦ ਦੀ ਗੱਲ ਆ ਕਿਉਂਕਿ ਅੱਗੇ ਕਈ ਫੈਸਲੇ ਸੁਪਰੀਮ ਕੋਰਟ ਲੈ ਚੁੱਕੀ ਆ ਕਿ ਜਿਹੜਾ ਕੋਈ ਬੰਦਾ ਦਾਗੀ ਆ ਚੋਣ ਮੇ ਹਿੰਮ ਦੇ ਦੌਰਾਨ ਉਹਦਾ ਇਸ਼ਤਿਹਾਰ ਅਖਬਾਰ 'ਚ ਤੁਹਾਨੂੰ ਪਬਲਿਸ਼ ਕਰਵਾਉਣਾ ਪਊਗਾ ਜਾਂ ਕਿਸੇ ਹੋਰ ਥਾਂ ਤੇ ਚਲਾਉਣਾ ਪਊਗਾ ਐਨੇ ਸੈਂਟੀਮੀਟਰ ਜਗ੍ਹਾ 'ਚ ਉਹ ਇਸ਼ਤਿਹਾਰ ਲਾਉਣਾ ਪਊਗਾ ਵਗੈਰਾ ਵਗੈਰਾ ਫਿਰ ਹਾਈ ਕੋਰਟਾਂ ਨੂੰ आदेश ਦਿੱਤਾ ਸੀ ਹੁਕਮ ਦਿੱਤਾ ਸੀਗਾ ਕਿ ਤੁਹਾਡੀ ਨਿਗਰਾਨੀ ਚ ਦੇਖੋ ਸਟੇਟਾਂ ਚ ਕੀ ਕੁਸ਼ਿਆ ਸਟੇਟਸ ਰਿਪੋਰਟਾਂ ਦਾਖਲ ਕੀਤੀਆਂ ਗਈਆਂ ਇਹ ਵੀ ਤੈਅ ਕਰ ਦਿੱਤਾ ਗਿਆ ਕਿ ਮੰਨ ਲਓ ਕੋਈ ਬੰਦਾ ਹੈ ਜਿਹੜਾ ਬੰਦਾ ਜਦੋਂ ਪਾਵਰ ਚ ਨਹੀਂ ਸੀਗਾ ਉਹ ਕੋਈ ਕ੍ਰਾਈਮ ਕਰਦਾ ਤੇ ਮੁੜ ਕੇ ਉਹ ਪਾਵਰ ਚ ਆ ਜਾਂਦਾ ਹੈ ਤਾਂ ਉਹ ਦੀ ਸਰਕਾਰ ਕਲੋਜ਼ ਰਿਪੋਰਟ ਐਂ ਨਹੀਂ ਫਾਈਲ ਕਰ ਸਕਦੀ ਆਪਣੇ ਆਪ ਪਹਿਲਾਂ ਹਾਈ ਕੋਰਟ ਤੋਂ ਅਪਰੂਵਲ ਲੈਣੀ ਪਊਗੀ ਇਹ ਸਾਰੀਆਂ ਡਾਇਰੈਕਸ਼ਨਸ ਨੇ ਸਮੇਂਦਰ ਸਮੇਂ ਇਸ ਮਾਮਲੇ ਚ ਹੋਈਆਂ ਜੀ ਹੁਣ ਜੇ ਤੁਸੀਂ ਵੇਖੋ ਕਿ ਵੈਸੇ ਤੋਂ ਅੰਕੜਾ ਬਹੁਤ ਵੱਡਾ ਹੈ 763 ਆਪਣੇ ਟੋਟਲ ਐਮਪੀ ਆ ਤੇ ਉਹਦੇ ਚੋਂ ਦੱਸਦੇ ਆ ਕਿ 306 ਦਾਗੀ ਨੇ ਜੀ ਹਿਸਾਬ ਲਾ ਲਓ ਆ ਜਿਹੜਾ ਲੋਕ ਸਭਾ ਤੇ ਰਾਜ ਸਭਾ ਦਾ ਅੰਕੜਾ ਮਿਲਾ ਕੇ ਦੇਖੋਗੇ ਤਾਂ 763 ਦੇ ਵਿੱਚੋਂ 306 ਜਿਹੜੇ ਦਾਗੀ ਆ ਜੀ ਤੇ ਜੇ ਵਿਧਾਇਕਾਂ ਦੀ ਗੱਲ ਕਰੀਏ 4001 ਵਿਧਾਇਕ ਆ ਤੇ ਉਹਦੇ ਵਿੱਚੋਂ 20 44% ਜਿਹੜੇ ਦਾਗੀ ਨੇ ਜੀ ਬੰਦਾ ਕਰੇ ਤੇ ਕਰੇ ਕੀ ਜੀ ਇਹ ਗੱਲ ਇਹ ਆ ਕਿ ਇੱਕ ਤੇ ਇਹਨਾਂ ਦੀ ਸਪੀਡੀ ਟ੍ਰਾਇਲ ਹੋਣੀ ਚਾਹੀਦੀ ਆ। ਬਾਕੀ ਛੋਟੇ-ਮੋਟੇ ਕੇਸ ਜਿਹੜੇ ਆ ਉਹ ਬਹੁਤੇ ਲੰਮੇ ਲਮਕਾਉਣੇ ਨਹੀਂ ਚਾਹੀਦੇ ਜਿਵੇਂ ਧਰਨਾ ਮੁਜ਼ਾਹਰਾ ਕਰਦਿਆਂ ਕੋਈ ਲੱਗ ਗਿਆ, ਕੋਈ ਹੋ ਗਿਆ, ਕੋਈ ਐਸਾ-वैसा ਜੋ ਕੀਤਾ ਗਿਆ ਤਾਂ ਕਹਿਣ ਦਾ ਮਤਲਬ ਇਹੋ ਆ ਕਿ ਇਹ ਸਾਰਾ ਕੁਝ ਜੋ ਹੁੰਦਾ ਹੈ ਤਾਂ ਇਹ ਚੀਜ਼ ਜਿਹੜੀ ਹੈ ਉਹ ਵੇਖਣੀ ਪਵੇਗੀ ਕਿ ਇੱਕ ਤਾਂ ਜਿਹੜੇ ਛੋਟੇ-ਮੋਟੇ ਕੇਸ ਆ ਜਲਦੀ ਉਹਦਾ ਨਿਵੇੜਾ ਕਰ ਦਿਓ ਫਿਰ ਦੂਸਰੇ ਪਾਸੇ ਕਿ ਜਿਹੜਾ ਬੰਦਾ ਸਜ਼ਾ یافتਾ ਹੋ ਜਾਂਦਾ ਹੈ ਤਾਂ ਉਹਦੇ ਤੇ ਤੁਹਾਨੂੰ ਫੈਸਲਾ ਲੈ ਲੈਣਾ ਚਾਹੀਦਾ ਕਿਉਂਕਿ ਇੱਥੇ ਇੱਕ ਚੀਜ਼ ਜਿਹੜੀ ਹੈ ਨਾ ਆਰਟੀਕਲ 14 ਚ ਉਹ ਦਰਜ ਆ ਕਿ ਚਾਹੇ ਲੋਕਪਾਲ ਆ ਚਾਹੇ ਵਿਜੀਲੈਂਸ ਦਾ ਕਮਿਸ਼ਨਰ ਆ ਇਸ ਤਰ੍ਹਾਂ ਵੱਡੀਆਂ ਹਸਤੀਆਂ ਕਿ ਜੇਕਰ ਉਹ ਸਜ਼ਾ یافتਾ ਹੋ ਗਿਆ ਤਾਂ ਗੈ ਕਮ ਫਿਰ ਉਹ ਦੁਬਾਰਾ ਸਰਵਿਸ ਤੇ ਥੋੜੀ ਚੜ ਸਕੋਗੇ ਅਹੁਦੇ ਤੇ ਥੋੜੀ ਬੈਠ ਸਕੋਗੇ ਤਾਂ ਕਿਤੇ ਨਾ ਕਿਤੇ ਸਵਾਲ ਉੱਠਦਾ ਹੈ ਕਿ ਜੋ ਆਰਟੀਕਲ 14 ਬਰਾਬਰਤਾ ਦੀ ਗੱਲ ਕਰਦਾ ਹੈ ਤਾਂ ਇਹਦੇ ਵਿੱਚ ਫਿਰ ਜਿਹੜੇ ਨੇਤਾ ਲੋਕ ਆ ਇਹਨਾਂ ਨੂੰ ਇਹ ਛੋਟ ਕਿਉਂ ਕਿ ਸਜ਼ਾ ਿਆਫਤਾ ਹੋਣ ਤੋਂ ਬਾਅਦ ਵੀ ਉਹ ਆ ਕੇ ਪਾਵਰ ਦੇ ਵਿੱਚ ਯਾਨੀ ਤਾਕਤ ਜਿਹੜੀ ਉਹ ਇੰਜੋਏ ਕਰ ਸਕਦੇ ਆ ਆ ਰੌਲਾ ਹੈ ਕਿ ਇਹ ਤਾਂ ਸੱਤਾ ਤੱਕ ਹਾਸਲ ਕਰ ਸਕਦੇ ਤੇ ਦੂਸਰਾ ਆਪਣਾਉਦਾ ਹੀ ਨਹੀਂ ਲੈ ਸਕਦਾ ਜੀ ਇਹ ਮਸਲਾ ਹੈ ਜੀ 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 ਤੇ ਬਾਕੀ ਚਲੋ ਇਹਦੇ ਵਿੱਚ ਦੇਖਦੇ ਆ ਅੱਗੇ ਕਿਤੇ ਕੋਈ ਡਵੈਲਪਮੈਂਟ ਹੋਈ ਤਾਂ ਜ਼ਰੂਰ ਸਾਂਝੀ ਕਰ ਲਾਂਗੇ ਜੀ ਤੇ ਇਹਦੇ ਨਾਲ ਕਹਿੰਦੇ ਕਿ ਜੀ ਸ਼ਾਂਤ ਦਾਗਾਂ ਦੀ ਆ ਗਈ ਜੀ ਕਹਿੰਦੇ ਜਗਤਾਰ ਜੀ ਕਰਿਆ ਹਾਂਜੀ ਬਿਲਕੁਲ ਬਾਕੀ ਦੇਖਦੇ ਆ ਕਿ ਭਾਈ ਅੱਗੇ ਕੀ ਅਪਡੇਟ ਹੁੰਦਾ ਇਹਦੇ ਨਾਲ ਮੈਂ ਜੁੜੇ ਕੁਝ ਹੋਰ ਕਮੈਂਟ ਆ ਜਿਹੜੇ ਉਹ ਦੇਖ ਲੈਣਾ ਜੇ ਜੁੜਦੇ ਆ ਤਾਂ ਤੇ ਨਹੀਂ ਅਦਰਵਾਈਜ਼ ਆਪਾਂ ਭਾਈ ਥੋੜਾ ਜਆ ਅੱਗੇ ਨੂੰ ਵਧਾਂਗੇ ਜੀ ਕਮੈਂਟ ਆਪਾਂ ਦੇਖਨੇ ਜੀ ਇੱਕ ਹਾਂਜੀ ਹਾਂਜੀ ਅਪਡੇਟ ਆਈ ਹੈ ਜਰੂਰ ਆ ਜੀ ਹਾਂਜੀ ਜੀ ਅਪਡੇਟ ਹੈ ਜੀ ਬ੍ਰੇਕਿੰਗ ਹੈ ਜੀ ਖੋਟਕਪੂਰਾ ਗੋਲੀकांड ਦੀ ਐਫਆਈਆਰ ਨੰਬਰ ਜਿਹੜੀ ਹੈ 192 ਜੀ ਇਹਦੇ 'ਚ ਸੱਟ ਨੇ ਫਰੀਦਕੋਟ ਦੀ ਅਦਾਲਤ 'ਚ 22 ਪੰਨਿਆਂ ਦਾ ਚੌਥਾ ਸਪਲੀਮੈਂਟਰੀ ਚਲਾਨ ਜਿਹੜਾ ਉਹ ਪੇਸ਼ ਕਰ ਦਿੱਤਾ ਹੈ ਜੀ ਪਹਿਲਾਂ ਹੀ ਜਿਹੜੇ ਨਾਮਜ਼ਦ ਪੁਲਿਸ ਅਧਿਕਾਰੀ ਹੈ ਉਹਨਾਂ ਦੇ ਖਿਲਾਫ ਧਾਰਾ 118 ਤੇ 19 ਦੇ ਤਹਿਤ ਨਹੀਂ ਸੌਰੀ 118 ਤੇ 119 ਦੇ ਤਹਿਤ ਚਲਾਨ ਪੇਸ਼ ਕੀਤਾ ਗਿਆ ਚਲਾਨ ਵਿੱਚ ਤੱਥਾਂ ਨੂੰ ਨਜ਼ਰ ਅੰਦਾਜ਼ ਕਰਨ ਦੇ ਦੋਸ਼ ਲਾਏ ਗਏ ਹਨ ਜੀ ਇਸ ਮਾਮਲੇ 'ਚ 16 ਸਤੰਬਰ ਨੂੰ ਸੁਣਵਾਈ ਹੋਏਗੀ ਪਤਾ ਲੱਗਾ ਕਿ ਇਹ ਕੇਸ ਘਟਨਾ ਵਾਲੇ ਦਿਨ ਪ੍ਰਦਰਸ਼ਨਕਾਰੀਆਂ ਵਿਰੁੱਧ ਦਰਜ ਕੀਤਾ ਗਿਆ ਸੀ ਇਸ ਵਿੱਚ ਐਸਆਈਟੀ ਨੇ ਤਤਕਾਲੀ ਐਸਐਚਓ ਸਿਟੀ ਕੋਰਟ ਕਪੂਰਾ ਗੁਰਦੀਪ ਸਿੰਘ ਤਤਕਾਲੀ ਐਸਐਸਪੀ ਸੁਖਮੰਦਰ ਸਿੰਘ ਮਾਨ ਤੋਂ ਇਲਾਵਾ ਤਤਕਾਲੀ ਆਈਜੀ ਪਰਮਰਾਜ ਉਮਰਾਨੰਗਲ ਤੇ ਤਤਕਾਲੀ ਡੀਜੀਪੀ ਸੁਮੇਤ ਸਿਆਣੀ ਨੂੰ ਨਾਮਜ਼ਦ ਕੀਤਾ ਸੀਗਾ ਸੋ ਇਹ ਹੋ ਹੀ ਹੈ ਜੀ ਚਲਾਨ ਪੇਸ਼ ਸਪਲੀਮੈਂਟਰੀ ਚਲਾਨ ਹੈ ਜਿਹੜਾ ਹਾਂ ਜੀ ਸਪਲੀਮੈਂਟਰੀ ਚਲਾਨ ਜਿਹੜਾ ਹੈ ਉਹ ਪੇਸ਼ ਕਰ ਦਿੱਤਾ ਗਿਆ ਜੀ ਜੀ ਵੈਸੇ ਇੱਕ ਡਵੈਲਪਮੈਂਟ ਹੋਣੀ ਚਾਹੀਦੀ ਕਿਸੇ ਤਰ੍ਹਾਂ ਫਾਸਟ ਟਰੈਕ ਚੱਲਣੀ ਹੈ ਜਲਦੀ ਹੋ ਜਾਂ ਤਾਂ ਵਧੀਆ ਗੱਲ ਹੈ ਜੀ ਚੰਗੀ ਗੱਲ ਹੈ ਜੀ ਜੀ ਸਪਲੀਮੈਂਟਰੀ ਚਲਾਨ ਪੇਸ਼ ਹੋ ਗਿਆ ਇਸ ਮਾਮਲੇ ਦਾ ਨਿਬੇੜਾ ਬਹੁਤ ਜਲਦੀ ਆਪਾਂ ਤੇ ਲੋਚਦੇ ਹਾਂ ਕਿ ਹੋ ਜਾਵੇ ਹੋ ਜਾਵੇ ਜੀ ਪਰ ਇਹਦੇ 'ਚ ਇੱਕ ਉਹ ਵੀ ਹੈ ਨਾ ਕਿ ਜਿਹੜੀ ਪੁਲਿਸ ਵਾਲਿਆਂ ਦੇ ਉੱਤੇ ਮਤਲਬ ਕਿ ਹੋਈ ਆ ਹਮਲੇ ਵਾਲੀ ਗੱਲ ਉਹਦੇ ਚ ਵੀ ਉਹ ਇੱਕ ਪਟੀਸ਼ਨ ਪਈ ਹੋਈ ਆ ਨਾ ਜੀ ਕਿ ਇੱਕ ਪੁਲਿਸ ਵਾਲਾ ਤਿੰਨ ਕਾਰਾ ਹੀ ਹੋ ਗਿਆ ਸਾਧਾ ਲਈ ਉਹਨ ਦਾ ਸਰਵਿਸ ਚ ਬਾਹਰ ਜਾਣਾ ਪਿਆ ਤਾਂ ਉਹ ਵੀ ਇੱਕ ਕਹਿ ਲੋ ਕਿ ਸੁਣਵਾਈ ਚੱਲ ਰਹੀ ਆ ਅੱਛਾ ਉਤੋਂ ਹੁਣ ਸੁਖਰਾਜ ਸਿੰਘ ਉਹ ਵੀ ਤੁਹਾਨੂੰ ਪਤਾ ਵੈਬਲ ਵਾਲੇ ਮਾਮਲੇ ਚ ਵੀ ਜਾਂਚ ਪੜਤਾਲ ਤੇ ਸਵਾਲ ਚੁੱਕ ਲੈ ਚੁੱਕੇ ਨੇ ਹਾਂਜੀ ਹਾਂਜੀ ਤਾਂ ਉਹ ਵੀ ਪਟੀਸ਼ਨਾਂ ਨੇ ਕਾਫੀ ਕੁਛ ਹੈ ਕੋਟਕਪੂਰਾ ਤੇ ਬਹਿਬਲਾ ਵਾਲੇ ਮਾਮਲੇ ਚ ਹਾਂਜੀ ਕਾਫੀ ਕੰਪਲੀਕੇਸ਼ਨ ਕਿਉਂਕਿ ਜਦੋਂ ਤੱਕ ਹਾਂਜੀ ਜਦੋਂ ਤੱਕ ਇਹ ਪਟੀਸ਼ਨਾਂ ਪੈਂਡਿੰਗ ਨੇ ਉਦੋਂ ਤੱਕ ਕੇਸ ਪੂਰਾ ਖੁੱਲ ਕੇ ਤੇ ਚੱਲੇਗਾ ਨਹੀਂ ਜੀ ਇਹ ਵੀ ਦਿੱਕਤ ਹੈ ਨਾ ਦੋਨੇ ਕੇਸਾਂ ਦੀ ਗੱਲ ਕਰ ਰਹੇ ਹਾਂ ਪਰ ਲਾ ਕੇ ਅੱਡ-ਅੱਡ ਨਹੀਂ ਦੋਨੇ ਜੀ ਇਹਨਾਂ ਨੂੰ ਰਲ ਗੱਡ ਨਾ ਕਰ ਲਿਓ ਤੇ ਅੱਡ-ਅੱਡ ਨਹੀਂ ਪਰ ਦੋਨਾਂ ਚ ਹੀ ਆਪਾਂ ਕਹਿ ਰਹੇ ਹਾਂ ਨਾ ਕਿ ਪਟੀਸ਼ਨਾਂ ਦਾ ਰੌਲਾ ਹਲੇ ਪਿਆ ਬਿਆ ਜੀ 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 ਬਾਕੀ ਅਗਲੀ ਸੁਣਵਾਈ ਤੇ ਆਪਾਂ ਦੇਖਾਂਗੇ ਕੋਈ ਡਿਵੈਲਪਮੈਂਟ ਆਈ ਤਾਂ ਆਪਾਂ ਜ਼ਰੂਰ ਸ਼ੇਅਰ ਕਰ ਦੇਾਂਗੇ ਇਧਰੋਂ ਹਾਂਜੀ ਰੰਜੀਤ ਜੀ ਅਸੀਂ ਪ ਕਹਨੇ ਕਿ ਵਿਜੀਲੈਂਸ ਨੇ ਜਾਂਚ ਖੋਲਤੀ ਜੀ ਰਾਜਾ ਵਿੜੰਗਾਲੇ ਮਾਮਲੇ ਦੀ ਹਾਂ ਜੀ ਉਹ ਤਾਂ ਬਈ ਹਾਂ ਜੀ ਦੱਸਤਾ ਸੀਗਾ ਕਿ ਹਲਜਲ ਹੋਈ ਪਈ ਹੈ ਜੀ 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 ਤਾਂ ਇਧਰੋਂ ਮਿੰਟੂ ਜੀ ਕਹਿੰਦੇ ਕਿ ਜਿਹੜੇ ਦਾਗੇ ਲੀਡਰ ਨੇਗੇ ਉਹਨਾਂ ਦੀ ਹੁਣ ਸਿਆਸੀ ਪਾਰੀ ਨੂੰ ਵੀ ਬ੍ਰੇਕਾ ਲੱਗਣ ਜਾ ਰਹੀ ਹੈ ਨੇ ਪੱਕੇ ਕਹਿੰਨੇ ਕਿ ਬਈ ਠੱਲ ਪਾ ਦੇ ਉਹਨਾਂ ਨੂੰ ਹੋ ਸਕਦਾ ਇਦਾਂ ਪੋਸੀਬਲ ਹੈ ਨਹੀਂ ਦੇਖੋ ਜਿਹੜੇ ਹੁੰਦੇ ਆ ਨਾ ਐਮ ਐਕਸ ਕਿਊਰੀ ਕਹਿੰਦੇ ਆ ਉਹਨਾਂ ਨੂੰ ਅਦਾਲਤੀ ਮਿੱਤਰ ਜੀ ਜੀ ਉਹ ਹੁੰਦੇ ਆ ਤਾਂ ਅਦਾਲਤ ਉਹਨਾਂ ਨੂੰ ਤੈਅ ਕਰਦੀ ਆ ਉਹਨਾਂ ਨੇ ਕਿਉਂਕਿ ਇਹ ਮਾਮਲਾ ਸਪਰੀਮ ਕੋਰਟ ਚ ਲੰਬੇ ਸਮੇਂ ਤੋਂ ਜਿਹੜਾ ਹੈ ਉਹ ਜ਼ੇਰੇ ਸੁਣਵਾਈ ਆ ਉਹਦੇ ਤੇ ਕਾਫੀ ਕੁਝ ਅੱਗੇ ਸੁਪਰੀਮ ਕੋਰਟ ਨੇ ਕਿਹਾ ਹਦਾਇਤਾਂ ਕੀਤੀਆਂ ਵਗੈਰਾ ਵਗੈਰਾ ਸਾਰਾ ਕੁਝ ਹੋਇਆ ਹੁਣ ਐਮਐਕਸ ਸਿਕਿਉਰੀ ਨੇ ਇਹ ਗੱਲ ਆਖੀ ਆ ਕਿ ਸਜ਼ਾ ਖਤਮ ਹੋਣ ਤੋਂ ਬਾਅਦ ਜਿਹੜਾ ਵਕਫਾ ਤੈਅ ਕੀਤਾ ਜਾਂਦਾ ਹੈ ਕਿ 6 ਸਾਲਾਂ ਵਾਸਤੇ ਇਹ ਦਾਗੀ ਬੰਦਾ ਜਿਹੜਾ ਉਹ ਇਲੈਕਸ਼ਨ ਨਹੀਂ ਲੜ ਸਕੇਗਾ ਉਹਨੂੰ ਵਧਾ ਕੇ ਉਮਰ ਤੱਕ ਕੀ ਕਰ ਦੇਣਾ ਚਾਹੀਦਾ ਮਤਲਬ ਕਿ ਤਾਂ ਉਮਰ ਉਹ ਦੁਬਾਰਾ ਇਲੈਕਸ਼ਨ ਲੜੀ ਨਾ ਸਕੇ ਅੱਛਾ ਜੀ ਜੀ ਇਹ ਸੁਪਰੀਮ ਕੋਰਟ ਨੂੰ ਕਿਹਾ ਹੁਣ ਸੁਪਰੀਮ ਕੋਰਟ ਇਹਦੇ ਤੇ ਕੋਈ ਫੈਸਲਾ ਲੈਂਦੀ ਆ ਕਿ ਨਹੀਂ ਉਹ ਬਾਅਦ ਦੀ ਗੱਲ ਆ ਕਿਉਂਕਿ ਅੱਗੇ ਕਈ ਫੈਸਲੇ ਸੁਪਰੀਮ ਕੋਰਟ ਲੈ ਚੁੱਕੀ ਆ ਕਿ ਜਿਹੜਾ ਕੋਈ ਬੰਦਾ ਦਾਗੀ ਆ ਚੋਣਵੇਂ ਹਮਦੇ ਦੌਰਾਨ ਉਹਦਾ ਇਸ਼ਤਿਹਾਰ ਅਖਬਾਰ 'ਚ ਤੁਹਾਨੂੰ ਪਬਲਿਸ਼ ਕਰਵਾਉਣਾ ਪਊਗਾ ਜਾਂ ਕਿ ਸੇ ਹੋਰ ਥਾਂ ਤੇ ਚਲਾਉਣਾ ਪਊਗਾ ਐਨੇ ਸੈਂਟੀਮੀਟਰ ਜਗਾ ਚੋ ਇਛਤਿਆਰ ਲਾਉਣਾ ਪਊਗਾ ਵਗੈਰਾ ਵਗੈਰਾ ਫਿਰ ਹਾਈ ਕੋਰਟਾਂ ਨੂੰ ਆਦੇਸ਼ ਦਿੱਤਾ ਸੀ ਹੁਕਮ ਦਿੱਤਾ ਸੀਗਾ ਕਿ ਤੁਹਾਡੀ ਨਿਗਰਾਨੀ ਚ ਦੇਖੋ ਸਟੇਟਾਂ ਚ ਕੀ ਕੋਸ਼ਿਆ ਸਟੇਟਸ ਰਿਪੋਰਟਾਂ ਦਾਖਲ ਕੀਤੀਆਂ ਗਈਆਂ ਇਹ ਵੀ ਤੈਅ ਕਰ ਦਿੱਤਾ ਗਿਆ ਕਿ ਮੰਨ ਲਓ ਕੋਈ ਬੰਦਾ ਹੈ ਜਿਹੜਾ ਬੰਦਾ ਜਦੋਂ ਪਾਵਰ ਚ ਨਹੀਂ ਸੀਗਾ ਉਹ ਕੋਈ ਕ੍ਰਾਈਮ ਕਰਦਾ ਤੇ ਮੁੜ ਕੇ ਉਹ ਪਾਵਰ ਚ ਆ ਜਾਂਦਾ ਹੈ ਤਾਂ ਉਹਦੀ ਸਰਕਾਰ ਕਲੋਜ਼ਰ ਰਿਪੋਰਟ ਐਨੀ ਫਾਈਲ ਕਰ ਸਕਦੀ ਆ ਆਪਣੇ ਆਪ ਪਹਿਲਾਂ ਹਾਈ ਕੋਰਟ ਤੋਂ ਅਪਰੂਵਲ ਲੈਣੀ ਪਊਗੀ ਇਹ ਸਾਰੀਆਂ ਡਾਇਰੈਕਸ਼ਨਸ ਨੇ ਸਮੇਂਦਰ ਸਮੇਦ ਇਸ ਮਾਮਲੇ ਚ ਹੋਈਆਂ ਜੀ ਹੁਣ ਜੇ ਤੁਸੀਂ ਵੇਖੋ ਕਿ ਵੈਸੇ ਤੇ ਉਹ ਅੰਕੜਾ ਬਹੁਤ ਵੱਡਾ ਹੈ 763 ਆਪਣੇ ਟੋਟਲ ਐਮਪੀ ਆ ਤੇ ਉਹਦੇ ਚੋ ਦੱਸਦੇ ਆ ਕਿ 306 ਦਾਗੀ ਨੇ ਜੀ ਹਿਸਾਬ ਲਾ ਲਓ ਆ ਜਿਹੜਾ ਲੋਕ ਸਭਾ ਤੇ ਰਾਜ ਸਭਾ ਦਾ ਅੰਕੜਾ ਮਿਲਾ ਕੇ ਦੇਖੋਗੇ ਤਾਂ 763 ਦੇ ਵਿੱਚੋਂ 306 ਜਿਹੜੇ ਉਹ ਦਾਗੀ ਆ ਜੀ ਤੇ ਜੇ ਵਿਧਾਇਕਾਂ ਦੀ ਗੱਲ ਕਰੀਏ 4000 ਇੱਕ ਵਿਧਾਇਕ ਆ ਤੇ ਉਹਦੇ ਵਿੱਚੋਂ 20 44% ਜਿਹੜੇ ਦਾਗੀ ਨੇ ਜੀ ਬੰਦਾ ਕਰੇ ਤੇ ਕਰੇ ਕੀ ਜੀ ਹੁਣ ਗੱਲ ਇਹ ਆ ਕਿ ਇੱਕ ਤੇ ਇਹਨਾਂ ਦੀ ਸਪੀਡੀ ਟ੍ਰਾਇਲ ਹੋਣੀ ਚਾਹੀਦੀ ਆ ਬਾਕੀ ਛੋਟੇ ਮੋਟੇ ਕੇਸ ਜਿਹੜੇ ਆ ਉਹ ਬਹੁਤੇ ਲੰਮੇ ਲਮਕਾਉਣੇ ਨਹੀਂ ਚਾਹੀਦੇ ਜਿਵੇਂ ਧਰਨਾ ਮੁਜ਼ਾਹਰਾ ਕਰਦਿਆਂ ਕੋਈ ਲੱਗ ਗਿਆ ਕੋਈ ਹੋ ਗਿਆ ਕੋਈ ਐਸਾ ਵੈਸਾ ਜੋ ਕੀਤਾ ਗਿਆ ਤਾਂ ਕਹਿਣ ਦਾ ਮਤਲਬ ਇਹੋ ਆ ਕਿ ਇਹ ਸਾਰਾ ਕੁਝ ਜੋ ਹੁੰਦਾ ਤਾਂ ਇਹ ਚੀਜ਼ ਜਿਹੜੀ ਹੈ ਉਹ ਵੇਖਣੀ ਪਵੇਗੀ ਕਿ ਇੱਕ ਤਾਂ ਜਿਹੜੇ ਛੋਟੇ-ਮੋਟੇ ਕੇਸ ਆ ਜਲਦੀ ਉਹਦਾ ਨਿਵੇੜਾ ਕਰ ਦਿਓ ਫਿਰ ਦੂਸਰੇ ਪਾਸੇ ਕਿ ਜਿਹੜਾ ਬੰਦਾ ਸਜ਼ਾ ਯਾਫਤਾ ਹੋ ਜਾਂਦਾ ਤੇ ਉਹਦੇ ਤੇ ਤੁਹਾਨੂੰ ਫੈਸਲਾ ਲੈ ਲੈਣਾ ਚਾਹੀਦਾ ਕਿਉਂਕਿ ਇੱਥੇ ਇੱਕ ਚੀਜ਼ ਜਿਹੜੀ ਹੈ ਨਾ ਆਰਟੀਕਲ 14 ਚ ਉਹ ਦਰਜ ਆ ਕਿ ਚਾਹੇ ਲੋਕਪਾਲ ਹੈ ਚਾਹੇ ਵਿਜੀਲੈਂਸ ਦਾ ਕਮਿਸ਼ਨਰ ਆ ਇਸ ਤਰ੍ਹਾਂ ਵੱਡੀਆਂ ਹਸਤੀਆਂ ਕਿ ਜੇਕਰ ਉਹ ਸਜ਼ਾ ਯਾਫਤਾ ਹੋ ਗਿਆ ਤਾਂ ਗੈ ਕਮੋ ਇਹ ਲੋ ਦੁਬਾਰਾ ਸਰਵਸ ਤੇ ਥੋੜੀ ਚੜ ਸਕੂਗੇ ਅਹੁਦੇ ਤੇ ਥੋੜੀ ਬੈਠ ਸਕੂਗੇ ਤਾਂ ਕਿਤੇ ਨਾ ਕਿਤੇ ਸਵਾਲ ਉੱਠਦਾ ਹੈ ਕਿ ਜੋ ਆਰਟੀਕਲ 14 ਬਰਾਬਰਤਾ ਦੀ ਗੱਲ ਕਰਦਾ ਤਾਂ ਇਹਦੇ ਵਿੱਚ ਫਿਰ ਜਿਹੜੇ ਨੇਤਾ ਲੋਕ ਆ ਇਹਨਾਂ ਨੂੰ ਇਹ ਛੋਟ ਕਿਉਂ ਕਿ ਸਜ਼ਾ ਿਆਫਤਾ ਹੋਣ ਤੋਂ ਬਾਅਦ ਵੀ ਉਹ ਆ ਕੇ ਪਾਵਰ ਦੇ ਵਿੱਚ ਯਾਨੀ ਤਾਕਤ ਜਿਹੜੀ ਉਹ ਇੰਜੋਏ ਕਰ ਸਕਦੇ ਆ ਆ ਰੌਲਾ ਹੈ ਕਿ ਇਹ ਤਾਂ ਸੱਤਾ ਤੱਕ ਹਾਸਲ ਕਰ ਸਕਦੇ ਤੇ ਦੂਸਰਾ ਆਪਣਾਉਦਾ ਹੀ ਨਹੀਂ ਲੈ ਸਕਦਾ ਜੀ ਇਹ ਮਸਲਾ ਹੈ ਜੀ 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 ਤੇ ਬਾਕੀ ਚਲੋ ਇਹਦੇ ਵਿੱਚ ਦੇਖਦੇ ਆ ਅੱਗੇ ਕਿਤੇ ਕੀ ਡਵੈਲਪਮੈਂਟ ਹੋਈ ਤਾਂ ਜ਼ਰੂਰ ਸਾਂਝੀ ਕਰ ਲਾਂਗੇ ਜੀ ਤੇ ਇਹਦੇ ਨਾਲ ਕਹਿੰਦੇ ਕਿ ਜੀ ਸ਼ਾਂਤ ਦਾਗਾਂ ਦੀ ਆ ਗਈ ਜੀ ਕਹਿੰਦੇ ਜਗਤਾਰ ਜੀ ਕਰਿਆ ਹਾਂਜੀ ਬਿਲਕੁਲ ਬਾਕੀ ਦੇਖਦੇ ਆ ਕਿ ਭਾਈ ਅੱਗੇ ਕੀ ਅਪਡੇਟ ਹੁੰਦਾ ਇਹਦੇ ਨਾਲ ਮੈਝੁੜੇ ਕੁਝ ਹੋਰ ਕਮੈਂਟ ਆ ਜਿਹੜੇ ਉਹ ਦੇਖ ਲੈਣਾ ਜੇ ਜੁੜਦੇ ਆ ਤਾਂ ਤੇ ਨਹੀਂ ਅਦਰਵਾਈਜ਼ ਆਪਾਂ ਭਾਈ ਥੋੜਾ ਜਆ ਅੱਗੇ ਨੂੰ ਵਧਾਂਗੇ ਜੀ ਕਮੈਂਟ ਆਪਾਂ ਦੇਖ ਰਹੇ ਜੀ ਇੱਕ ਹਾਂਜੀ ਹਾਂਜੀ ਅਪਡੇਟ ਆਈ ਹੈ ਜਰੂਰ ਹਾਂਜੀ ਹਾਂਜੀ ਜੀ ਅਪਡੇਟ ਹੈ ਜੀ ਬ੍ਰੇਕਿੰਗ ਹੈ ਜੀ ਕੋਟਕਪੂਰਾ ਗੋਲੀकांड ਦੀ ਐਫਆਈਆਰ ਨੰਬਰ ਜਿਹੜੀ ਹੈ 192 ਜੀ ਇਹਦੇ ਚ ਸਿੱਟ ਨੇ ਫਰੀਦਕੋਟ ਦੀ ਅਦਾਲਤ ਚ 22 ਪੰਨਿਆਂ ਦਾ ਚੌਥਾ ਸਪਲੀਮੈਂਟਰੀ ਚਲਾਨ ਜਿਹੜਾ ਉਹ ਪੇਸ਼ ਕਰ ਦਿੱਤਾ ਹੈ ਜੀ ਪਹਿਲਾਂ ਹੀ ਜਿਹੜੇ ਨਾਮਜ਼ਦ ਪੁਲਿਸ ਅਧਿਕਾਰੀ ਹੈ ਉਹਨਾਂ ਦੇ ਖਿਲਾਫ ਧਾਰਾ 118 ਤੇ 19 ਦੇ ਤਹਿਤ ਨਹੀਂ ਸੌਰੀ 118 ਤੇ 119 ਦੇ ਤਹਿਤ ਚਲਾਨ ਪੇਸ਼ ਕੀਤਾ ਗਿਆ ਚਲਾਨ ਵਿੱਚ ਤੱਥਾਂ ਨੂੰ ਨਜ਼ਰ ਅੰਦਾਜ਼ ਕਰਨ ਦੇ ਦੋਸ਼ ਲਾਏ ਗਏ ਹਨ ਜੀ ਇਸ ਮਾਮਲੇ 'ਚ 16 ਸਤੰਬਰ ਨੂੰ ਸੁਣਵਾਈ ਹੋਏਗੀ ਪਤਾ ਲੱਗਾ ਕਿ ਇਹ ਕੇਸ ਘਟਨਾ ਵਾਲੇ ਦਿਨ ਪ੍ਰਦਰਸ਼ਨਕਾਰੀਆਂ ਵਿਰੁੱਧ ਦਰਜ ਕੀਤਾ ਗਿਆ ਸੀ ਇਸ ਵਿੱਚ ਐਸਆਈਟੀ ਨੇ ਤਤਕਾਲੀ ਐਸਐਚਓ ਸਿਟੀ ਕੋਰਟ ਕਪੂਰਾ ਗੁਰਦੀਪ ਸਿੰਘ ਤਤਕਾਲੀ ਐਸਐਸਪੀ ਸੁਖਮੰਦਰ ਸਿੰਘ ਮਾਨ ਤੋਂ ਇਲਾਵਾ ਤਤਕਾਲੀ ਆਈਜੀ ਪਰਮਰਾਜ ਉਮਰਾਨੰਗਲ ਤੇ ਤਤਕਾਲੀ ਡੀਜੀਪੀ ਸੁਮੇਤ ਸਿਆਣੀ ਨੂੰ ਨਾਮਜ਼ਦ ਕੀਤਾ ਸੀਗਾ ਸੋ ਇਹ ਹੋ ਹੀ ਹੈ ਜੀ ਚਲਾਨ ਪੇਸ਼ ਸਪਲੀਮੈਂਟਰੀ ਚਲਾਨ ਹੈ ਜਿਹੜਾ ਹਾਂ ਜੀ ਸਪਲੀਮੈਂਟਰੀ ਚਲਾਨ ਜਿਹੜਾ ਹੈ ਉਹ ਪੇਸ਼ ਕਰ ਦਿੱਤਾ ਗਿਆ ਜੀ ਜੀ ਵੈਸੇ ਇੱਕ ਡਿਵੈਲਪਮੈਂਟ ਹੋਣੀ ਚਾਹੀਦੀ ਕਿਸੇ ਤਰ੍ਹਾਂ ਔਰ ਫਾਸਟ ਟਰੈਕ ਚਲਣੀ ਹੈ ਜਲਦੀ ਹੋ ਜਾਂ ਤਾਂ ਵਧੀਆ ਗੱਲ ਹੈ ਜੀ ਚੰਗੀ ਗੱਲ ਹੈ ਜੀ ਜੀ ਸਪਲੀਮੈਂਟਰੀ ਚਲਾਨ ਪੇਸ਼ ਹੋ ਗਿਆ ਇਸ ਮਾਮਲੇ ਦਾ ਨਿਬੇੜਾ ਬਹੁਤ ਜਲਦੀ ਆਪਾਂ ਤੇ ਲੋਚਦੇ ਹਾਂ ਕਿ ਹੋ ਜਾਵੇ ਹੋ ਜਾਵੇ ਜੀ ਪਰ ਇਹਦੇ 'ਚ ਇੱਕ ਉਹ ਵੀ ਹੈ ਨਾ ਕਿ ਜਿਹੜੀ ਪੁਲਿਸ ਵਾਲਿਆਂ ਦੇ ਉੱਤੇ ਮਤਲਬ ਕਿ ਹੋਈ ਆ ਹਮਲੇ ਵਾਲੀ ਗੱਲ ਆ ਉਹਦੇ 'ਚ ਵੀ ਉਹ ਇੱਕ ਪਟੀਸ਼ਨ ਪਈ ਹੋਈ ਆ ਨਾ ਜੀ ਕਿ ਇੱਕ ਪੁਲਿਸ ਵਾਲਾ ਤਿੰਨ ਕਾਰਾ ਹੀ ਹੋ ਗਿਆ ਸਦਾਲੀ ਉਹਨਾਂ ਦਾ ਸਰਵਿਸ 'ਚ ਬਾਹਰ ਜਾਣਾ ਪਿਆ ਤਾਂ ਉਹ ਵੀ ਇੱਕ ਕਹਿ ਲਓ ਕਿ ਸੁਣਵਾਈ ਚੱਲ ਰਹੀ ਆ ਅੱਛਾ ਉਤੋਂ ਹੁਣ ਸੁਖਰਾਜ ਸਿੰਘ ਹੋਰੀ ਤੁਹਾਨੂੰ ਪਤਾ ਬਹਿਬਲ ਵਾਲੇ ਮਾਮਲੇ 'ਚ ਵੀ ਜਾਂਚ ਪੜਤਾਲ ਤੇ ਸਵਾਲ ਚੁੱਕ ਚੁੱਕੇ ਨੇ ਹਾਂਜੀ ਤਾਂ ਉਹ ਵੀ ਪਟੀਸ਼ਨਾਂ ਨੇ ਕਾਫੀ ਕੁਛ ਆ ਕੋਟਕਪੂਰਾ ਤੇ ਬਹਿਬਲ ਵਾਲੇ ਮਾਮਲੇ 'ਚ ਹਾਂਜੀ ਕਾਫੀ ਕੰਪਲਿਕੀਟੀ ਕਿਉਂਕਿ ਜਦੋਂ ਤੱਕ ਹਾਂਜੀ ਜਦੋਂ ਤੱਕ ਇਹ ਪਟੀਸ਼ਨਾਂ ਪੈਂਡਿੰਗ ਨੇ ਉਦੋਂ ਤੱਕ ਕੇਸ ਪੂਰਾ ਖੁੱਲ ਕੇ ਤੇ ਚੱਲੇਗਾ ਨਹੀਂ ਜੀ ਇਹ ਵੀ ਦਿੱਕਤ ਹੈ ਨਾ ਦੋਨੇ ਕੇਸਾਂ ਦੀ ਗੱਲ ਕਰ ਰਹੇ ਆ ਪਰ ਲਾ ਕੇ ਅੱਡ-ਅੱਡ ਨਹੀਂ ਦੋਨੇ ਜੀ ਇਹਨਾਂ ਨੂੰ ਰਲ-ਗੱਡ ਨਾ ਕਰ ਲਿਓ ਇਹ ਅੱਡ-ਅੱਡ ਨੇ ਪਰ ਦੋਨਾਂ ਚ ਹੀ ਆਪਾਂ ਕਹਿ ਰਹੇ ਆ ਨਾ ਕਿ ਪਟੀਸ਼ਨਾਂ ਦਾ ਰੌਲਾ ਹਲੇ ਪਿਆ ਬਿਆ ਜੀ 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 ਬਾਕੀ ਅਗਲੀ ਸੁਣਵਾਈ ਤੇ ਆਪਾਂ ਦੇਖਾਂਗੇ ਕੋਈ ਡਿਵੈਲਪਮੈਂਟ ਆਈ ਤਾਂ ਆਪਾਂ ਜ਼ਰੂਰ ਸ਼ੇਅਰ ਕਰਦੇ ਆਂਗੇ ਇਧਰੋਂ ਹਾਂਜੀ ਰੰਜੀਤ ਜੀ ਅਸੀਂ ਪਹਿਲੀ ਗੱਲ ਕਰ ਚੱਲੇ ਸੀ ਆਪਾਂ ਕੱਲ ਹੀ ਗੱਲ ਕੀਤੀ ਸੀ ਕਿ ਨਾ ਕਿ ਵਿਜੀਲੈਂਸ ਨੇ ਜਾਂਚ ਖੋਲਤੀ ਜੀ ਰਾਜਾ ਵਿੜੇਂਗਾਲੇ ਮਾਮਲੇ ਦੀ ਉਹ ਤਾਂ ਬਈ ਇੱਕ ਗੱਲ ਹਾਂਜੀ ਦੱਸਤਾ ਸੀਗਾ ਕਿ ਹਿੱਲਜੁਲ ਹੋਈ ਪਈ ਹੈ ਜੀ ਜੀ ਜੀ